ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਤੁਸੀਂ ਵੀ ਮੇਰੇ ਤਰ੍ਹਾਂ ਗਰੀਬ ਹੋ ਤਾਂ ਇਹ ਕਥਾ ਤੁਹਾਡੇ ਲਈ ਹੈ। 100% ਅਮੀਰ ਹੋ ਜਾਵੋਗੇ। ਕਹਿੰਦੇ ਇੱਕ ਬਹੁਤ ਹੀ ਧਨਵਾਨ ਵਿਅਕਤੀ ਸੀ, ਬਹੁਤ ਹੀ ਪੈਸੇ ਵਾਲਾ। ਲਕਸ਼ਮੀ ਮਾਤਾ ਉਹਦੇ ਉੱਤੇ ਬਹੁਤ ਹੀ ਖੁਸ਼ ਸੀ, ਉਸ ਦੇ ਘਰ ਨਿਵਾਸ ਕਰਦੀ ਸੀ। ਇੱਕ ਦਿਨ ਉਹ ਧਨਵਾਨ ਵਿਅਕਤੀ ਸੁੱਤਾ ਪਿਆ ਤਾਂ ਉਸ ਦੇ ਸੁਪਨੇ ਵਿੱਚ ਲਕਸ਼ਮੀ ਮਾਤਾ ਆਈ ਅਤੇ ਕਿਹਾ, ਬੇਟਾ ਮੈਂ ਤੇਰੇ ਘਰ ਬਹੁਤ ਲੰਬੇ ਸਮੇਂ ਤੋਂ ਰਹਿ ਰਹੀ ਹਾਂ, ਹੁਣ ਮੈਂ ਤੇਰੇ ਘਰ ਤੋਂ ਜਾਣਾ ਚਾਹੁੰਦੀ ਹਾਂ। ਤਾਂ ਧਨਵਾਨ ਵਿਅਕਤੀ ਬਹੁਤ ਹੀ ਜ਼ਿਆਦਾ ਘਬਰਾ ਗਿਆ ਅਤੇ ਕਹਿਣ ਲੱਗਾ, ਤੁਸੀਂ ਮੇਰੇ ਘਰ ਤੋਂ ਨਾ ਜਾਣਾ। ਤਾਂ ਲਕਸ਼ਮੀ ਮਾਤਾ ਨੇ ਕਿਹਾ, ਕਿਉਂ ਨਾ ਜਾਵਾਂ। ਉਸਨੇ ਕਿਹਾ, ਤੁਹਾਡੇ ਕਰਕੇ ਹੀ ਤਾਂ ਲੋਕ ਮੈਨੂੰ ਸਲਾਮਾਂ ਕਰਦੇ ਨੇ, ਜੇ ਤੁਸੀਂ ਚਲੇ ਗਏ ਤਾਂ ਮੇਰਾ ਵਜੂਦ ਕੁਝ ਵੀ ਨਹੀਂ ਰਹਿ ਜਾਵੇਗਾ। ਉਸ ਆਦਮੀ ਨੇ ਕਿਹਾ, ਮਾਤਾ ਤੇਰੇ ਕਰਕੇ ਤਾਂ ਮੈਂ ਮੰਦਰਾਂ ਗੁਰਦੁਆਰਿਆਂ ਰਿਸ਼ਤੇਦਾਰਾਂ ਕੋਲ ਜਾਣਾ ਬੰਦ ਕਰ ਦਿੱਤਾ। ਤਾਂ ਮਾਤਾ ਲਕਸ਼ਮੀ ਨੇ ਕਿਹਾ, ਮੈਂ ਕਦੋਂ ਤੈਨੂੰ ਇਹਨਾਂ ਥਾਵਾਂ 'ਤੇ ਜਾਣ ਤੋਂ ਰੋਕਿਆ। ਮਾਤਾ ਲਕਸ਼ਮੀ ਨੇ ਕਿਹਾ, ਮੈਂ ਹੁਣ ਤੇਰੇ ਘਰੋਂ ਜਾਣਾ ਹੈ। ਤਾਂ ਉਸ ਧਨਵਾਨ ਵਿਅਕਤੀ ਨੇ ਕਿਹਾ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਤੁਸੀਂ ਨਹੀਂ ਜਾ ਸਕਦੇ। ਪਰ ਮਾਤਾ ਨੇ ਕਿਹਾ, ਮੈਂ ਜਾਵਾਂਗੀ ਤਾਂ ਜ਼ਰੂਰ, ਪਰ ਤੈਨੂੰ ਇੱਕ ਵਰਦਾਨ ਜ਼ਰੂਰ ਦੇ ਕੇ ਜਾਵਾਂਗੀ, ਤੂੰ ਜੋ ਮੰਗਣਾ ਚਾਹੁੰਦਾ ਹੈ ਮੰਗ ਲੈ। ਕਹਿੰਦੇ ਨੇ, ਸਿਆਣਾ ਵਿਅਕਤੀ ਉਹੀ ਹੁੰਦਾ ਹੈ ਜੋ ਇੱਕਦਮ ਫੈਸਲਾ ਨਹੀਂ ਲੈਂਦਾ, ਆਪਣੇ ਜੀਆਂ ਦੀ ਟੱਬਰ ਦੀ ਸਲਾਹ ਲੈਂਦਾ ਹੈ। ਅਤੇ ਉਸਨੇ ਮਾਤਾ ਜੀ ਨੂੰ ਕਿਹਾ, ਮੈਨੂੰ ਇੱਕ ਦਿਨ ਦਾ ਮੌਕਾ ਦਿੱਤਾ ਜਾਵੇ, ਮੈਂ ਆਪਣੇ ਜੀਆਂ ਨਾਲ ਸਲਾਹ ਕਰਕੇ ਦੱਸਾਂਗਾ ਕਿ ਮੈਨੂੰ ਕੀ ਵਰਦਾਨ ਚਾਹੀਦਾ ਹੈ। ਫਿਰ ਉਸਨੇ ਅਗਲੇ ਦਿਨ ਆਪਣੀਆਂ ਨੂੰਹਾਂ ਨੂੰ ਬੁਲਾਇਆ ਅਤੇ ਕਿਹਾ, ਰਾਤ ਸੁਪਨੇ ਵਿੱਚ ਮਾਤਾ ਲਕਸ਼ਮੀ ਨੇ ਕਿਹਾ ਹੈ ਕਿ ਮੈਂ ਤੁਹਾਡੇ ਘਰੋਂ ਚਲੀ ਜਾਣਾ ਹੈ, ਆਪਾਂ ਹੁਣ ਗਰੀਬ ਹੋ ਜਾਣਾ ਹੈ। ਉਸ ਦੀਆਂ ਨੂੰਹਾਂ ਨੇ, ਕਿਸੇ ਨੇ ਕਿਹਾ ਹੀਰੇ ਜਵਾਹਰਾਤ ਮੰਗ ਲਓ, ਕਿਸੇ ਨੇ ਕਿਹਾ ਜ਼ਮੀਨ ਜਾਇਦਾਦ ਮੰਗ ਲਓ, ਕਿਸੇ ਨੇ ਕੁਝ, ਪਰ ਸਭ ਤੋਂ ਛੋਟੀ ਨੂੰਹ ਨੇ ਕਿਹਾ, ਪਿਤਾ ਜੀ ਤੁਸੀਂ ਜੇ ਕੁਝ ਮੰਗਣਾ ਹੀ ਹੈ ਤਾਂ ਇਹ ਵਰਦਾਨ ਮੰਗਣਾ ਕਿ ਅਸੀਂ ਗਰੀਬ ਭਾਵੇਂ ਹੋ ਜਾਈਏ ਪਰ ਸਾਡੇ ਘਰੋਂ ਸਾਡੇ ਜੀਆਂ ਵਿੱਚੋਂ ਥਬਾਕ ਪਿਆਰ ਨਾ ਜਾਵੇ, ਅਸੀਂ ਸਾਰੇ ਜੀ ਰਲ ਮਿਲ ਕੇ ਰਹੀਏ, ਕਦੇ ਕਿਸੇ ਨਾਲ ਲੜਾਈ ਝਗੜਾ ਨਾ ਕਰੀਏ, ਅਸੀਂ ਕਦੇ ਵੀ ਅੱਡ ਅੱਡ ਨਾ ਹੋਈਏ, ਹਮੇਸ਼ਾ ਇੱਕਜੁੱਟ ਰਹਿ ਕੇ ਖੁਸ਼ੀ ਖੁਸ਼ੀ ਜੀਵਨ ਬਤੀਤ ਕਰੀਏ, ਸਾਡੇ ਵਿੱਚ ਇਹ ਪ੍ਰੇਮ ਥਬਾਕ ਸਦਾ ਹੀ ਰੱਖਣਾ। ਅਤੇ ਉਸਨੇ ਆਪਣੀਆਂ ਨੂੰਹਾਂ ਦੀ ਗੱਲ ਸੁਣ ਕੇ ਕਿਹਾ, ਠੀਕ ਹੈ ਮੈਂ ਮਾਤਾ ਲਕਸ਼ਮੀ ਨੂੰ ਕਹਿ ਦੇਵਾਂਗਾ। ਤਾਂ ਅਗਲੇ ਦਿਨ ਮਾਤਾ ਲਕਸ਼ਮੀ ਫਿਰ ਸੁਪਨੇ ਵਿੱਚ ਆਏ ਤਾਂ ਉਹਨਾਂ ਕਿਹਾ, ਮੰਗੋ ਵਰਦਾਨ, ਜੋ ਮੰਗਣਾ ਹੈ ਮੈਂ ਦਊਂਗੀ। ਧਨਵਾਨ ਵਿਅਕਤੀ ਨੇ ਕਿਹਾ, ਮੈਨੂੰ ਪਤਾ ਹੈ ਅਸੀਂ ਗਰੀਬ ਤਾਂ ਹੁਣ ਹੋ ਹੀ ਜਾਣਾ ਹੈ, ਗਰੀਬ ਹੋਣ 'ਤੇ ਮੇਰੀਆਂ ਸਾਰੀਆਂ ਨੂੰਹਾਂ ਪੁੱਤਰਾਂ ਸਾਡੇ ਘਰ ਵਿੱਚ ਪਿਆਰ ਅਤੇ ਥਬਾਕ ਬਣਿਆ ਰਹੇ, ਅਸੀਂ ਰਲ ਮਿਲ ਕੇ ਰਹੀਏ, ਮੈਨੂੰ ਇਹ ਵਰਦਾਨ ਚਾਹੀਦਾ ਹੈ। ਉਸ ਬੰਦੇ ਵੱਲ ਵੇਖ ਕੇ ਮਾਤਾ ਲਕਸ਼ਮੀ ਉਸ ਦੀ ਗੱਲ ਸੁਣ ਕੇ ਬਹੁਤ ਜ਼ਿਆਦਾ ਪ੍ਰਸੰਨ ਹੋਈ। ਉਸਨੇ ਕਿਹਾ, ਹੁਣ ਤੂੰ ਚਿੰਤਾ ਨਾ ਕਰ, ਮੈਂ ਕਿਤੇ ਨਹੀਂ ਜਾਵਾਂਗੀ, ਮੈਂ ਹਮੇਸ਼ਾ ਹੀ ਤੇਰੇ ਘਰ ਰਵਾਂਗੀ। ਤਾਂ ਧਨਵਾਨ ਵਿਅਕਤੀ ਬਹੁਤ ਹੈਰਾਨ ਹੋਇਆ। ਉਸਨੇ ਕਿਹਾ, ਮਾਤਾ ਲਕਸ਼ਮੀ ਤੁਸੀਂ ਆਪ ਹੀ ਤਾਂ ਕਿਹਾ ਸੀ ਮੈਂ ਤੁਹਾਡੇ ਘਰ ਨਹੀਂ ਰਹਿਣਾ, ਹੁਣ ਤੁਸੀਂ ਕਹਿ ਰਹੇ ਹੋ ਮੈਂ ਤੁਹਾਡੇ ਘਰੋਂ ਨਹੀਂ ਜਾਵਾਂਗੀ, ਕੀ ਕਾਰਨ ਹੈ?
ਇਸ ਦਾ ਤਾਂ ਮਾਤਾ ਲਕਸ਼ਮੀ ਨੇ ਕਿਹਾ, ਇੱਕ ਹੀ ਕਾਰਨ ਹੈ, ਜਿੱਥੇ ਪ੍ਰੇਮ ਸਹਿਣਸ਼ੀਲਤਾ ਤਬਾਕ ਹੁੰਦਾ ਹੈ, ਸਾਰਾ ਪਰਿਵਾਰ ਇੱਕ ਦੂਸਰੇ ਨਾਲ ਪਿਆਰ ਕਰਦਾ ਹੈ, ਰਲ ਮਿਲ ਕੇ ਰਹਿੰਦਾ ਹੈ, ਉਸ ਘਰ ਤੋਂ ਮੈਂ ਕਦੇ ਨਹੀਂ ਜਾਂਦੀ, ਜਿੱਥੇ ਹਮੇਸ਼ਾ ਲੜਾਈ ਝਗੜਾ ਈਰਖਾ ਕੁੱਟਮਾਰ ਚੱਲਦੀ ਹੈ, ਮੈਂ ਉਸ ਘਰ ਇੱਕ ਮਿੰਟ ਵੀ ਨਹੀਂ ਠਹਿਰਦੀ। ਇਹ ਸੁਣ ਕੇ ਧਨਵਾਨ ਵਿਅਕਤੀ ਨੇ ਮਾਤਾ ਨੂੰ ਪ੍ਰਣਾਮ ਕੀਤਾ ਅਤੇ ਬਹੁਤ ਹੀ ਖੁਸ਼ ਹੋਇਆ। ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ ਮੈਨੂੰ ਜ਼ਰੂਰ ਦੱਸਣਾ। ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਅਤੇ ਕਮੈਂਟ ਕਰਨਾ। ਜੇ ਕੋਈ ਗਲਤੀ ਹੋਈ ਤਾਂ ਭੁੱਲ ਚੁੱਕ ਮਾਫ਼ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।